ਚੜ੍ਹਦੀ ਕਲਾ ਟਾਈਮ ਟੀ ਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੇਲੇ ਦੀ ਵੱਡੀ ਜਿਹੜੀ ਮੰਦਭਾਗੀ ਖਬਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਪਟਿਆਲਾ ਦੀ ਹੈ, ਜਿੱਥੇ ਕਿ ਦੋ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹ ਅਗਨਭੇਟ ਹੋਏ ਨੇ, ਜਾਣੀ ਕਿ ਅੱਗ ਦੇ ਕਾਰਨ ਜਿਹੜਾ ਉਹ ਅਗਨਭੇਟ ਸਰੂਪ ਜਿਹੜੇ ਨੇ ਉਹ ਹੋਏ ਨੇ। ਗੁਰਦੁਆਰਾ ਸਾਹਿਬ ਕਿਹੜਾ ਤੁਹਾਨੂੰ ਤਸਵੀਰ ਦਿਖਾ ਦਈਏ, ਗੁਰਦੁਆਰਾ ਭਾਈ ਪੁਣਛੂ ਸਾਹਿਬ ਜੀ, ਜਾਣੀ ਕਿ ਪਟਿਆਲਾ ਦੇ ਵਿੱਚ ਸਥਿਤ ਹੈ, ਜਿੱਥੇ ਕਿ ਬੀਤੀ ਰਾਤ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਲੱਗਦੀ ਹੈ। ਅੱਗ ਲੱਗਣ ਦਾ ਜਿਹੜਾ ਕਾਰਨ ਉਹ ਕੀ ਹੁੰਦਾ ਹੈ ਤੁਹਾਨੂੰ ਦੱਸ ਦਈਏ। ਗੁਰਦੁਆਰਾ ਸਾਹਿਬ ਦੇ ਜਦੋਂ ਆਪਾਂ ਮਹਾਰਾਜ ਸਰੂਪ ਜਿੱਥੇ ਰੱਖੇ ਹੁੰਦੇ ਨੇ ਤਾਂ ਉੱਥੇ ਬੈਕ ਸਾਈਡ 'ਤੇ ਆਪਾਂ ਜਿਹੜਾ ਪੱਖਾ ਲਗਾ ਦਿੰਦੇ ਹਾਂ ਤਾਂ ਪੱਖੇ ਦੀ ਜਿਹੜੀ ਹੈ ਉਹ ਇੱਕੋ ਦਮ ਜਿਹੜੀ ਵੋਲਟੇਜ ਆ ਉਹ ਵੱਧ ਜਾਂਦੀ ਹੈ, ਜਿਸ ਤੋਂ ਬਾਅਦ ਸਾਰੇ ਜਿਹੜਾ ਕਮਰੇ ਨੂੰ ਅੱਗ ਲੱਗ ਜਾਂਦੀ ਹੈ, ਜਿੱਥੇ ਕਿ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਪੇ ਹੁੰਦੇ ਨੇ। ਤਾਂ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਟੀਮ ਇੱਥੇ ਪਹੁੰਚਦੀ ਹੈ ਤਾਂ ਉਹਨਾਂ ਸਰੂਪਾਂ ਨੂੰ ਜਿਹੜਾ ਬੜੇ ਸਤਿਕਾਰ ਦੇ ਨਾਲ ਉਦੋਂ ਲਿਆ ਜਾਂਦਾ ਹੈ, ਲਿਜਾ ਕੇ ਜਿਹੜਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ੋਭਿਤ ਕਰਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਅਗਨਭੇਟ ਕੀਤਾ ਜਾਵੇਗਾ। ਜੋ ਜਾਣਕਾਰੀ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਜੀ ਨੇ ਦੱਸੀ ਹੈ। ਸੋ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਜਾਵੇ, ਬਿਲਕੁਲ ਜਿਹੜਾ ਹੈ ਲੋਕ ਲਗਾ ਦਿੱਤਾ ਗਿਆ। ਸੋ ਸੰਗਤਾਂ ਨਾਲ ਅਸੀਂ ਗੱਲਬਾਤ ਕਰਾਂਗੇ ਵੀ ਪੂਰਾ ਹੋਇਆ ਕੀ ਸੀ ਮਾਮਲਾ, ਸੋ ਉੱਥੇ ਦੀ ਸੰਗਤ ਹੈ ਉਹਨਾਂ ਨਾਲ ਵੀ ਅਸੀਂ ਜਾਣਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅਤੇ ਕੀ ਬਾਬਾ ਜੀ ਕੀ ਹੋਇਆ ਸੀ ਪੂਰਾ ਮਾਮਲਾ? ਸ਼ੋਰਟ ਸਰਕਟ ਦੇ ਨਾਲ ਹੋਇਆ ਸਾਰਾ ਇਹ ਕੰਮ, ਰਾਤ ਨੂੰ ਕੋਈ 1:30 ਵਜੇ ਦੀ ਗੱਲ ਹੋਈ ਹੈ ਜੀ। ਬਸ ਉਹ ਫਿਰ ਸਾਰੇ ਮੁਹੱਲੇ ਵਾਲੇ ਨੇ ਆ ਕੇ ਅੱਗ ਬੁਝਾ ਦਿੱਤੀ ਹੈ ਜੀ। ਬਸ ਕਿੰਨੇ ਕੁ ਮਹਾਰਾਜ ਸਰੂਪ ਜਿਹੜੇ ਨੇ ਉਹ ਜੋ ਦੋ ਮਹਾਰਾਜ ਦੇ ਸਰੂਪ ਹੈ ਜਿਹੜੇ ਅਗਨ ਭੇਟ ਹੋ ਗਏ। ਅੱਗ ਲੱਗਣ ਦਾ ਕਾਰਨ ਪਤਾ ਲੱਗਾ ਵੀ ਕਿਵੇਂ ਹੋਇਆ? ਸ਼ੋਰਟ ਸਰਕਟ ਦੇ ਨਾਲ ਹੋਈ ਹੈ ਜੀ। ਕੋਈ ਟੀਮ ਪਹੁੰਚੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ? ਤਾਂ ਪ੍ਰਣਾਮ ਸਿੰਘ ਜੀ, ਗਿਆਨੀ ਜੀ ਆਏ ਸੀਗੇ, ਹੋਰ ਵੀ ਆਏ ਸੀ ਬੰਦੇ ਉਹਨਾਂ ਦੇ, ਮੀਡੀਆ ਸਲਾਹਕਾਰ ਉਹਨਾਂ ਜਿਹੜੇ ਹੈਗੇ ਸੀ, ਆਪਣਾ ਪ੍ਰਚਾਰ ਸਕੱਤਰ ਹੈਗੇ ਉਹ ਵੀ ਆਏ, ਉਹ ਕਰਕੇ ਚਲੇ ਗਏ, ਆਪਣਾ ਸਾਰੀ ਕਾਰਵਾਈ ਕਰ ਗਿਆ, ਮਹਾਰਾਜ ਦੇ ਸਰੂਪ ਲੈ ਗਏ। ਕਿੰਨਾ ਕੁ ਜਿਹੜੀ ਅੱਗ ਲੱਗੀ ਜੇ ਉੱਪਰ ਦੇਖਿਆ ਜਾਵੇ ਤਾਂ ਕਿੰਨੀ ਕੁ ਅੱਗ ਹੈ ਉੱਥੇ? ਅੱਗ ਦਾ ਵੀਰ ਜੀ ਜਿੰਨੀ ਵੀ ਹੋ ਗਈ, ਅੱਗ ਤਾਂ ਲੱਗ ਗਈ, ਜਿਹੜੀ ਅੱਗ ਲੱਗ ਗਈ ਤਾਂ ਅੱਗ ਲੱਗ ਗਈ, ਮਤਲਬ ਜੋ ਵੀ ਹੈ ਜੀ, ਦੋ ਮਹਾਰਾਜ ਦੇ ਸਰੂਪ ਅਗਨ ਭੇਟ ਹੋ ਗਏ ਜੀ। ਗੁਰਦੁਆਰਾ ਸਾਹਿਬ ਜਿਹੜਾ ਬੰਦ ਕਰਤਾ ਗਿਆ, ਸੰਗਤ ਦਰਸ਼ਨ ਨਹੀਂ ਕਰ ਸਕਦੀ? ਬੰਦ ਕਰ ਦਿੱਤਾ ਗਿਆ ਜੀ, ਉਹਨਾਂ ਨੇ ਗਿਆਨੀ ਜੀ ਨੇ ਕਹਿ ਦਿੱਤਾ ਵੀ ਬੰਦ ਕਰੋ ਇਹਨੂੰ। ਹਾਂਜੀ ਬਸ ਜੀ, ਹਾਂਜੀ ਬਿਲਕੁਲ। ਜਿਹੜਾ ਦੋ ਅਗਨ ਸਰੂਪ ਜਿਹੜੇ ਨੇ ਉਹ ਮਹਾਰਾਜ ਸਰੂਪ ਜਿਹੜੇ ਨੇ ਉਹ ਅੱਗ ਦੀ ਲਪੇਟ ਦੇ ਵਿੱਚ ਆਏ ਨੇ। ਸੋ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਸੀ ਤਾਂ ਭਾਈ ਪ੍ਰਨਾਮ ਸਿੰਘ ਨੇ ਕਿਹਾ ਕਿ ਜਿਹੜੇ ਦੋਨੇ ਸਰੂਪ ਨੇ ਉਹ ਗੁਰਦੁਆਰਾ ਸਾਹਿਬ ਵਿਖੇ ਦੁੱਖ ਨਿਵਾਰਨ ਸਾਹਿਬ ਵਿਖੇ ਜਿਹੜਾ ਸ਼ੋਭਿਤ ਕਰਤੇ ਗਏ ਸੰਗਤਾਂ ਨੇ। ਭਾਈ ਤੁਸੀਂ ਉਰੇ ਰਹਿੰਦੇ ਹੋ ਸਵੇਰੇ ਰੋਜ਼ ਦਰਸ਼ਨ ਕਰਨ ਵਾਸਤੇ? ਹਾਂਜੀ ਹਾਂਜੀ। ਤੁਹਾਨੂੰ ਕਿਉਂ ਪਤਾ ਲੱਗਿਆ ਸੀ ਉਰੇ? ਰਾਤੀ 1:30 ਵਜੇ ਟਾਈਮ ਸੀ, ਧੂੰਆਂ ਹੋਇਆ ਇੱਥੇ, ਉੱਪਰ BOP ਗਿਰਨ ਲੱਗ ਗਈ ਅਤੇ BOP ਗਿਰਨ ਤੋਂ ਬਾਅਦ ਸਾਰੇ ਬਾਹਰ ਆ ਗਏ। ਇਹਨਾਂ ਨੇ ਭਾਈ ਪ੍ਰਧਾਨ ਨੇ ਭਾਈ ਫੋਨ ਕਰਤਾ, ਭਾਈ ਜੀ ਬੁਲਾ ਦਿੱਤੇ, ਭਾਈ ਜੀ ਬੁਲਾਉਣ ਤੋਂ ਬਾਅਦ ਆਪਾਂ ਉੱਤੋਂ ਚੱਲ ਕੇ ਸ਼ੀਸ਼ੇ ਤੋਲ ਕੇ ਪਾਣੀ ਪਾ ਕੇ ਅੱਗ ਬੁਝਾਈ। ਅੱਗ ਬੁਝਾਉਣ ਤੋਂ ਬਾਅਦ ਫਿਰ ਬਾਅਦ ਪੁਲਿਸ ਆਈ, ਤੂੰ ਆਪਣੀ ਕਾਰਵਾਈ ਕਰਕੇ ਚੱਲੇ। ਕਿੰਨੇ ਵਜੇ ਦਾ ਸਮਾਂ ਜਦੋਂ ਅੱਗ ਲੱਗੀ? ਰਾਤੀ 1:30 ਵਜੇ ਟਾਈਮ ਸੀ ਜੀ। ਸਵੇਰੇ ਫਿਰ ਗੁਰਦੁਆਰਾ ਸਾਹਿਬ ਖੁੱਲ੍ਹਿਆ ਨਹੀਂ, ਬੰਦ ਕੀਤਾ ਰਾਤ ਨੂੰ ਫਿਰ? ਰਾਤ ਨੂੰ ਸਵੇਰੇ 1:30 ਵਜੇ ਤੋਂ ਲੈ ਕੇ ਅਸੀਂ 4-5 ਵਜੇ ਤੱਕ ਇੱਥੇ ਸਾਰੇ ਬੈਠੇ ਰਹੇ ਹਾਂ। 5 ਕੁਏ ਨਾਲ ਪੁਲਿਸ ਵਾਲੇ ਸਾਰੇ ਇੱਥੇ ਗਏ ਨੂੰ ਅਤੇ ਸਾਰੇ ਆਏ ਸੀ ਅਤੇ ਗਏ ਨੂੰ, ਉਸ ਤੋਂ ਬਾਅਦ ਗੁਰਦੁਆਰਾ ਸਫਾਈ ਸਫੂਈ ਕਰਕੇ ਫਿਰ ਉਹਨੇ ਲੋਕ ਕਰਕੇ ਸਭ ਚਲੇ ਗਏ ਜੀ। ਦੋ ਅਗਨਭੇਟ ਕਹਿੰਦੇ ਦੱਸਿਆ ਜਾ ਰਿਹਾ ਸਰੂਪ ਹੈ? ਅਗਨਭੇਟ ਹੋਏ ਜੀ। ਬਿਲਕੁਲ ਮੰਦਭਾਗੀ ਜਿਹੜੀ ਹੈ ਜਿਹੜੀ ਘਟਨਾ ਸਾਹਮਣੇ ਆਈ ਹੈ, ਜਾਣੀ ਕਿ ਕਹਿ ਸਕਦੇ ਹਾਂ ਪਟਿਆਲਾ ਦੇ ਵਿੱਚ ਦੋ ਜਿਹੜੇ ਮਹਾਰਾਜ ਦੇ ਸਰੂਪ ਨੇ ਉਹ ਅਗਨਭੇਟ ਹੋਏ ਨੇ। ਸੋ ਅਸੀਂ ਵੀ ਸੰਗਤਾਂ ਨੂੰ ਅਪੀਲ ਕਰਦੇ ਹਾਂ, ਖਾਸ ਤੌਰ 'ਤੇ ਜੇਕਰ ਕੋਈ ਮੁਹੱਲੇ ਦੇ ਵਿੱਚ ਗੁਰਦੁਆਰਾ ਸਾਹਿਬਾਨ ਤਾਂ ਪਿੱਛੇ ਬੈਕ ਸਾਈਡ 'ਤੇ ਤਾਂ ਪੱਖਾ ਜਿਹੜਾ ਖਾਸ ਤੌਰ 'ਤੇ ਨਾ ਲਗਾਇਆ ਜਾਵੇ, ਕਿਉਂਕਿ ਕਈ ਵਾਰ ਜਿਹੜਾ ਸ਼ੋਰਟ ਸਰਕਟ ਜਿਹੜਾ ਪੱਖੇ ਦੇ ਕਾਰਨ ਹੋ ਜਾਂਦਾ ਤਾਂ ਇਸ ਤਰ੍ਹਾਂ ਦੇ ਜਿਹੜਾ ਕਾਰਨ ਉਹ ਬਣ ਜਾਂਦੇ ਨੇ। ਸੋ ਅਸੀਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਜੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਅੱਗੇ ਜਿਹੜਾ ਪ੍ਰੋਸੈਸ ਹੈ ਉਹ ਕੀ ਹੋਵੇਗਾ। ਸੋ ਬਿਲਕੁਲ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਜੀ, ਜੋ ਬੀਤੀ ਰਾਤ ਜੋ ਪਟਿਆਲਾ ਦੇ ਵਿੱਚ ਘਟਨਾ ਵਾਪਰੀ ਹੈ। ਸਿੰਘ ਸਾਹਿਬ ਪਹਿਲਾਂ ਜਾਣਕਾਰੀ ਦਿੱਤੀ ਜਾਵੇ, ਜਿਹੜੀ ਰਾਤ ਗੁਰਦੁਆਰਾ ਪੁਣਛੂ ਸਾਹਿਬ ਵਿਖੇ ਜਿਹੜੀ ਘਟਨਾ ਵਾਪਰੀ ਉਹ ਹੈ ਕੀ ਹੈ ਪੂਰਾ ਮਾਮਲਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰਦੁਆਰਾ ਪੰਚੋ ਸਾਹਿਬ ਜਿਹੜਾ ਜੱਟਾਂ ਵਾਲੇ ਚੌਂਤਰੇ ਗੁਰਦੁਆਰਾ ਸਾਹਿਬ, ਰਾਤ ਇੱਕ ਪਲਾਸਟਿਕ ਦੀ ਬਾਡੀ ਵਾਲਾ ਛੋਟਾ ਪੱਖਾ ਲੱਗਾ ਹੋਇਆ ਸੀ ਜੀ, ਜਿਹਦੇ ਬਾਰੇ ਅਸੀਂ ਬਾਰ ਬਾਰ ਸੁਚੇਤ ਕਰਦੇ ਹਾਂ। ਅਕਾਲ ਤਖ਼ਤ ਸਾਹਿਬ ਤੋਂ ਬਾਰ ਬਾਰ ਸੁਚੇਤ ਕੀਤਾ ਜਾਂਦਾ ਹੈ ਕਿ ਪਲਾਸਟਿਕ ਦੀ ਬਾਡੀ ਵਾਲੇ ਪੱਖੇ ਨਾ ਲਾਏ ਜਾਣ ਜੀ। ਆਪਣੀ ਹਾਜ਼ਰੀ ਦੇ ਵਿੱਚ ਪੱਖਾ ਚਲਾਇਆ ਜਾਵੇ, ਏਸੀ ਚਲਾਇਆ ਜਾਵੇ, ਜਦੋਂ ਬਾਹਰ ਨਿਕਲੋ ਉਹਨੂੰ ਬੰਦ ਕਰੋ, ਕੋਈ ਏਦਾਂ ਦਾ ਸਰਕਟ ਛਾੜ ਵਾਲਾ ਉੱਥੇ ਸਿਸਟਮ ਨਾ ਹੋਵੇ। ਬਾਰ ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਅਸੀਂ ਉਸ ਚੀਜ਼ ਨੂੰ ਅਜੇ ਤੱਕ ਸਮਝਣ ਦਾ ਯਤਨ ਨਹੀਂ ਕਰ ਰਹੇ ਜਿਹੜੀ ਘਟਨਾ ਰਾਤ ਵਾਪਰੀ ਹੈ ਸਾਡੀ ਅਣਗਹਿਲੀ ਦੇ ਕਾਰਨ ਜੀ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਪਲਾਸਟਿਕ ਦੀ ਬਾਡੀ ਵਾਲਾ ਪੱਖਾ ਜੋ ਰਾਤ ਇਹਨਾਂ ਗ੍ਰੰਥੀ ਸਿੰਘਾਂ ਦਾ ਵੀ ਉਹ ਚਲਾਇਆ ਗਿਆ, ਉਹ ਪਲਾਸਟਿਕ ਦੀ ਬਾਡੀ ਵਾਲਾ ਪੱਖਾ ਰਾਤ ਤਕਰੀਬਨ 1 ਤੋਂ 1:30 ਵਜੇ ਦੇ ਦਰਮਿਆਨ ਉਹ ਪੱਖੇ ਨੂੰ ਅੱਗ ਲੱਗੀ ਹੈ ਜੀ, ਤੇ ਮਹਾਰਾਜ ਦੇ ਸਰੂਪ ਅਗਨ ਭੇਟ ਹੋ ਗਏ, ਤੇ ਜਦੋਂ ਉੱਥੋਂ ਧੂੰਆਂ ਨਿਕਲਿਆ ਅੰਦਰੋਂ ਆਵਾਜ਼ਾਂ ਆਉਣ ਲੱਗੀਆਂ, ਫਿਰ ਇਹ ਦੌੜ ਕੇ ਗਹਿਣੇ ਜਾ ਕੇ ਇਹਨਾਂ ਨੇ ਪਾਣੀ ਪਾ ਕੇ ਉੱਥੇ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ, ਜਿਹਦੇ ਵਿੱਚ 2 ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ। ਸਿੰਘ ਸਾਹਿਬ, ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਫਿਰ ਉਹ ਜਿਹੜੇ ਮਹਾਰਾਜ ਸਰੂਪ ਨੇ ਉਹ ਫਿਰ ਕਿੱਥੇ ਸ਼ੋਭਿਤ ਕੀਤੇ ਗਏ ਨੇ, ਕਿੰਨੇ ਕੁ ਮਹਾਰਾਜ ਸਰੂਪ ਸੀ ਇਹਨਾਂ ਕੋਲ ਉਸ ਟਾਈਮ? ਇਹਨਾਂ ਕੋਲ 3 ਸਰੂਪ ਸੀ ਸਤਿਗੁਰੂ ਪਾਤਸ਼ਾਹ ਜੀ ਦੇ। ਇੱਕ ਸਰੂਪ ਦਾ ਬਚਾਅ ਤਾਂ ਰਹਿ ਗਿਆ ਕਿ ਉਹ ਸਰੂਪ ਸਤਿਗੁਰੂ ਪਾਤਸ਼ਾਹ ਜੀ ਦਾ ਨੀਚੇ ਜਿੱਥੇ ਦਰਬਾਰ ਹੈ, ਦਰਬਾਰ ਸਾਹਿਬ ਦੇ ਵਿੱਚ ਜਿਸ ਮੰਜੀ ਸਾਹਿਬ ਤੇ ਪ੍ਰਕਾਸ਼ ਕੀਤਾ ਜਾਂਦਾ ਹੈ, ਉਹ ਪ੍ਰਕਾਸ਼ ਉੱਥੇ ਗ੍ਰੰਥੀ ਸਿੰਘ ਇਕੱਲਾ ਹੋਣ ਕਰਕੇ ਸੰਗਤ ਦੇ ਵਿੱਚੋਂ ਵੀ ਸਾਨੂੰ ਪਤਾ ਲੱਗਿਆ ਕਿ ਕੋਈ ਅੰਮ੍ਰਿਤ ਵੇਲੇ ਜਾਂਦਾ ਨੀ, ਇਕੱਲਾ ਗ੍ਰੰਥੀ ਸਿੰਘ ਪ੍ਰਕਾਸ਼ ਕਰਦਾ ਹੈ। ਉਹ ਵਿਚਾਰਾ ਫਿਰ ਉੱਥੇ ਮਹਾਰਾਜ ਦਾ ਸੁਹਾਸਨ ਕਰ ਦਿੰਦਾ ਰਾਤ ਨੂੰ, ਤੇ ਸਵੇਰੇ ਉੱਥੇ ਪ੍ਰਕਾਸ਼ ਕਰ ਦਿੰਦਾ। ਇਹ ਵੀ ਕਿੰਨੀ ਵੱਡੀ ਇਹਨਾਂ ਦੀ ਗਲਤੀ ਹੈ, ਪ੍ਰਬੰਧਕ ਕਮੇਟੀ ਦੀ ਵੀ ਕਿੰਨੀ ਵੱਡੀ ਗਲਤੀ ਹੈ। ਦੇਖੋ, ਉਹ ਸਰੂਪ ਨੀਚੇ ਹੋਣ ਕਰਕੇ ਉਹਦਾ ਬਚਾਅ ਰਹਿ ਗਿਆ। ਸਵੇਰੇ ਸਿੰਘ ਸਾਹਿਬ ਜੀ ਨਾਲ ਰਾਬਤਾ ਹੋਇਆ, ਸਿੰਘ ਸਾਹਿਬ ਜੀ ਵੱਲੋਂ ਹੋਏ ਆਦੇਸ਼ ਦੇ ਮੁਤਾਬਕ ਕਿ ਸਾਰੇ ਸਰੂਪ ਉੱਥੋਂ ਗੁਰੂ ਘਰ ਦੇ ਵਿੱਚੋਂ ਲੈ ਆਉਂਦੇ ਜਾਣ, ਇਹਨਾਂ ਨੂੰ ਸਰੂਪ ਨਹੀਂ ਦਿੱਤੇ ਜਾਣਗੇ। ਜੇ ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਰੂਪ ਬਾਰੇ ਇਹ ਮਤਲਬ ਕਿ ਇੰਨੀ ਅਣਗਹਿਲੀ ਵਰਤਦੇ ਨੇ, ਤੇ ਉਹ 3 ਸਰੂਪ ਸੀ, ਅਸੀਂ 3 ਸਰੂਪ ਜਿਹੜੇ 2 ਸਰੂਪ ਅਗਨ ਭੇਟ ਹੋਏ ਔਰ 1 ਸਰੂਪ ਜਿਹੜੇ ਠੀਕ ਸੀਗੇ, ਉਹ 3 ਸਰੂਪ ਅਸੀਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਲਿਆ ਕੇ ਸੁਭਾਇਮਾਨ ਕਰਵਾਇਆ। ਠੀਕ ਹੈ ਸਿੰਘ ਸਾਹਿਬ, ਜਿਸ ਤਰ੍ਹਾਂ ਪਟਿਆਲਾ ਦੀ ਗੱਲ ਕੀਤੀ ਜਾਵੇ ਜਾਂ ਕਿਉਂਕਿ ਖਾਸ ਤੌਰ ਤੇ ਕਿਉਂਕਿ ਤੁਸੀਂ ਗੁਰਦੁਆਰਾ ਦੋਵੇਂ ਪਾਤਸ਼ਾਹ ਜੀ ਦਾ ਸਥਾਨ ਹੈ, ਹੈੱਡ ਗ੍ਰੰਥੀ ਸਾਹਿਬ ਉੱਥੇ ਪਟਿਆਲਾ ਦੇ, ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਦੇ ਨਾਲ ਕੋਈ ਰਾਬਤਾ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਅਸੀਂ ਮਤਲਬ ਕਿ ਜਿਹੜਾ ਜੀ ਦੇਖੋ, ਵੈਸੇ ਤਾਂ ਆਪ ਜੀ ਵੀ ਇਸ ਮਤਲਬ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰ ਰਹੇ ਹੋ, ਆਪ ਜੀ ਨੂੰ ਵੀ ਪਤਾ ਵੀ ਅਖਬਾਰਾਂ ਦੇ ਵੀ ਸਮੇਂ ਸਮੇਂ ਤੇ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ਜਾਂਦਾ ਇਸ਼ਤਿਹਾਰ, ਉਹ ਟੀਵੀ ਤੇ ਵੀ ਪੱਟੀ ਚਲਾਈ ਜਾਂਦੀ ਹੈ, ਔਰ ਅਸੀਂ ਵੀ ਕਿਤੇ ਗਾਹੇ ਬਗਾਹੇ ਜਿਹੜਾ ਬੋਲਦੇ ਰਹਿੰਦੇ ਹਾਂ, ਇੱਥੋਂ ਵੀ ਬੋਲਦੇ ਰਹਿੰਦੇ ਹਾਂ ਵੀ ਜਿੱਥੇ ਗੁਰੂ ਸਾਹਿਬ ਜੀ ਦੇ ਸਰੂਪ ਨੇ, ਜਿੱਥੇ ਪ੍ਰਕਾਸ਼ ਹੁੰਦਾ ਹੈ। ਅੱਜ ਆਪਾਂ ਕਈ ਥਾਵਾਂ ਤੇ ਤੁਸੀਂ ਦੇਖਿਆ ਹੋਗਾ ਕਿ ਜਿੱਥੇ ਪ੍ਰਕਾਸ਼ ਹੁੰਦਾ ਉੱਥੇ ਲੜੀਆਂ ਲਾਈਟਾਂ ਲਾ ਦਿੰਦੇ ਨੇ ਜੀ, ਬਿਲਕੁਲ ਰੋਸ਼ਨੀ ਵਾਸਤੇ, ਮਤਲਬ ਕਿ ਜਿਹੜਾ ਲੜੀਆਂ ਲਾ ਦਿੱਤੀਆਂ ਜਾਂਦੀਆਂ ਨੇ, ਕਈਆਂ ਦੇ ਸਵਿੱਚ ਬੋਰਡ ਉੱਥੇ ਲੱਗੇ ਹੁੰਦੇ ਨੇ, ਕਈਆਂ ਦੇ ਪੱਖੇ ਜਿਹੜੇ ਪਲਾਸਟਿਕ। ਅਸੀਂ ਹਰ ਜਗ੍ਹਾ ਤੇ ਜਾ ਕੇ ਬਕਾਇਦਾ ਸੁਚੇਤ ਕਰਦੇ ਹਾਂ, ਰੋਕਦੇ ਹਾਂ ਵੀ ਆਹ ਨਾ ਕਰੋ, ਜਿੱਥੇ ਵੀ ਅਸੀਂ ਦੇਖਦੇ ਹਾਂ ਉਸੇ ਵੇਲੇ ਬੁਲਾ ਕੇ ਪਹਿਲਾਂ ਗ੍ਰੰਥੀ ਸਿੰਘ ਨੂੰ ਇਹਦਾ ਵੀ ਆਹ ਚੀਜ਼ਾਂ ਬੰਦ ਕਰਾਓ, ਇਹ ਤੋਂ ਕੱਢੋ, ਇਹਨਾਂ ਨੂੰ ਇਹ ਨਹੀਂ ਹੋਣੀਆਂ ਚਾਹੀਦੀਆਂ। ਪਰ ਸੰਗਤ ਜਿਹੜੀ ਹੈ ਇੰਨੀ ਜ਼ਿਆਦਾ ਅਣਗਹਿਲੀ ਵਰਤ ਰਹੀ ਹੈ, ਕਿਤੇ 1-2 ਘਟਨਾ ਵਾਪਰ ਗਈ ਉਸ ਤੋਂ ਬਾਅਦ ਤੇ ਸਾਨੂੰ ਸੁਚੇਤ ਹੋਣਾ ਚਾਹੀਦਾ ਨਾ ਵੀ ਆਹ ਕਾਰਨ ਹੋਇਆ ਕਿ ਉਹਦੇ ਕਾਰਨ ਇਹ ਘਟਨਾ ਵਾਪਰੀ, ਹੁਣ ਅੱਗੇ ਤੋਂ ਨਾ ਵਾਪਰੇ, ਨਹੀਂ ਸੁਚੇਤ ਹੋ ਰਿਹਾ ਸੀ। ਬਿਲਕੁਲ ਸਿੰਘ ਸਾਹਿਬ, ਮੇਰਾ ਲਾਸਟ ਸਵਾਲ ਹੈ ਵੀ ਆਪ ਜੀ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਮੁਹੱਲੇ ਤੋਂ ਕੰਪਲੇਂਟ ਆਈ ਸੀ ਜਾਂ ਕਿਵੇਂ ਪਤਾ ਲੱਗਿਆ ਆਪ ਜੀ ਨੂੰ? ਮੇਰੇ ਕੋਲ ਸਵੇਰੇ 7 ਵਜੇ ਤਕਰੀਬਨ 6:45 ਵਜੇ ਸਾਡੇ ਗ੍ਰੰਥੀ ਸਿੰਘ ਦਾ ਫੋਨ ਆਇਆ, ਭਾਈ ਮੇਵਾ ਸਿੰਘ ਜੀ ਦਾ ਜੀ, ਤੇ ਉਹਨਾਂ ਨੇ ਮੈਨੂੰ ਗ੍ਰੰਥੀ ਦਾ ਨੰਬਰ ਦਿੱਤਾ ਜੀ, ਤੇ ਗ੍ਰੰਥੀ ਸਿੰਘ ਨੇ ਮੇਰਾ ਨੰਬਰ ਮੰਗਿਆ, ਉਹਨਾਂ ਇਹਨਾਂ ਦਾ ਫੋਨ ਨਹੀਂ ਆਇਆ, ਮੈਂ ਇਹਨਾਂ ਨੂੰ ਫੋਨ ਕੀਤਾ ਕਰਕੇ ਇਹਨਾਂ ਨੂੰ ਪੁੱਛਿਆ, ਤੇ ਇਹ ਕਹਿਣ ਲੱਗੇ ਜੀ ਹਾਂ ਉਹ ਪੱਖਾ ਸੀ ਜੀ, ਉਹ ਪੱਖੇ ਨੂੰ ਅੱਗ ਲੱਗ ਗਈ, ਮਹਾਰਾਜ ਦਾ ਸਰੂਪ ਜਿਹੜੇ ਅਗਨ ਭੇਟ ਹੋ ਗਏ। ਅਸੀਂ ਤੁਰਤ ਉਸੇ ਵੇਲੇ ਮੈਂ ਆਪਣੇ ਪ੍ਰਚਾਰਕਾਂ ਦੀ ਡਿਊਟੀ ਲਾਈ, ਉਹਨਾਂ ਨੂੰ ਭੇਜਿਆ ਵੀ ਜਾ ਕੇ ਫਟਾਫਟ ਰਿਪੋਰਟ ਕਰੋ, ਉਹ ਪਹੁੰਚੇ, ਨਾਲ ਹੀ ਮੈਨੇਜਰ ਸਾਹਿਬ ਦਾਸ, ਅਸੀਂ ਸਾਰੇ ਗਏ, ਗੱਡੀ ਲੈ ਕੇ ਪਾਲਕੀ ਸਾਹਿਬ ਲੈ ਕੇ ਗਏ, ਸਿੰਘ ਸਾਹਿਬ ਦੇ ਧਿਆਨ ਵਿੱਚ ਲਿਆਂਦਾ, ਮੈਂਬਰ ਸਾਹਿਬਾਨਾਂ ਦੇ ਧਿਆਨ ਵਿੱਚ ਲਿਆਂਦਾ,
ਤੇ ਉਹ ਸਰੂਪ ਸਾਰੇ ਅਸੀਂ ਇੱਥੇ ਲਿਆਂਦੇ ਨੇ। ਠੀਕ ਹੈ ਸਿੰਘ ਸਾਹਿਬ, ਤੇ ਇੱਕ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ, ਬਾਰ ਬਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਦੇ ਮੁਤਾਬਕ ਜਿੱਥੇ ਜਿੱਥੇ ਵੀ ਸੱਚਖੰਡ ਅਸਥਾਨ ਨੇ ਉੱਥੇ ਇਸਦੇ ਪੱਖੇ ਨਾ ਲਾਏ ਜਾਣ। ਜੇ ਕੋਈ ਏਸੀ ਲੱਗਿਆ ਉਹਨੂੰ ਆਪਣੀ ਹਾਜ਼ਰੀ ਵਿੱਚ ਲਾਇਆ ਜਾਵੇ, ਕੋਈ ਸਵਿੱਚ ਬੋਰਡ ਅੰਦਰ ਨਾ ਹੋਵੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਉੱਥੇ ਕੋਈ ਲੜੀ ਕੋਈ ਇਸ ਤਰ੍ਹਾਂ ਦਾ ਕੋਈ ਲਾਈਟ ਦਾ ਸਵਿੱਚ ਆਦਿਕ ਬੋਰਡ ਨਾ ਹੋਵੇ ਜਿਹਦੇ ਕਾਰਨ ਅਜਿਹੀ ਕੋਈ ਮੰਦਭਾਗੀ ਘਟਨਾ ਵਾਪਰੇ। ਮੈਂ ਸਮੂਹ ਸੰਗਤਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੇ ਮੁਤਾਬਕ ਬੇਨਤੀ ਕਰਦਾ ਕਿ ਅਸੀਂ ਸੁਚੇਤ ਹੋਈਏ, ਸਾਡੇ ਕੋਲ ਬਾਰ ਬਾਰ ਅਜਿਹੀਆਂ ਘਟਨਾਵਾਂ ਨਾ ਵਾਪਰਨ ਜਿਹੜੀਆਂ ਸਾਡੇ ਹਿਰਦੇ ਨੂੰ ਵਲੂੰਦਰਦੀਆਂ ਨੇ, ਸਾਡੇ ਹਿਰਦੇ ਨੂੰ ਦੁੱਖ ਪਹੁੰਚਦਾ ਜਦੋਂ ਇਹੋ ਜਿਹੀਆਂ ਘਟਨਾਵਾਂ ਸੁਣਦੇ ਹਾਂ ਕਿ ਅਸੀਂ ਇੰਨੀ ਵੱਡੀ ਅਣਗਹਿਲੀ ਕਰ ਰਹੇ ਹਾਂ। ਜਦੋਂ ਕੋਈ ਬੇਅਦਬੀ ਕਰਦਾ ਤੇ ਅਸੀਂ ਬੜੇ ਜੋਸ਼ ਵਿੱਚ ਕਹਿੰਦੇ ਹਾਂ ਇਹਨੂੰ ਆਹ ਸਜ਼ਾ ਦਿੱਤੀ ਜਾਵੇ, ਤੇ ਜਦੋਂ ਸਾਡੇ ਕੋਲ ਆਪਣੇ ਕੋਲ ਹੁੰਦੀ ਹੈ ਜਿਹੀ ਤੇ ਫਿਰ ਉੱਥੇ ਕੀ ਹੋਣਾ ਚਾਹੀਦਾ। ਜੀ ਬਿਲਕੁਲ ਸਹੀ ਗੱਲ ਹੈ। ਸੋ ਇਹ ਗੱਲ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।